Hello everyone, welcome to Study Shortcuts. Here study becomes easier. ਤਾਂ ਆਪਾਂ ਪਹੁੰਚ ਚੁੱਕੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਫੀਸ਼ੀਅਲ ਵੈਬਸਾਈਟ 'ਤੇ, ਜਿਵੇਂ ਤੁਸੀਂ ਜਾਣਦੇ ਹੋ ਅੱਜ ਹੈ 1 ਫਰਵਰੀ ਔਰ ਅੱਜ ਹੈਗੇ ਆ ਪੇਪਰ BA ਦੇ, ਜਿਹੜੇ ਹੈਗੇ ਆ ਪੇਪਰ ਸ਼ੁਰੂ ਹੋ ਚੁੱਕੇ ਆ, ਫਸਟ ਸਮੈਸਟਰ ਦੇ ਪੇਪਰ ਜਿਹੜੇ ਆ ਹੋ ਚੁੱਕੇ ਆ। ਅਤੇ ਅੱਜ ਜਿਹੜੇ ਡੇਟਸ਼ੀਟਸ ਆਉਣੀਆਂ ਸੀ ਤਾਂ ਮੈਂ ਸੋਚਿਆ ਇੱਕ ਵਾਰ ਤੁਹਾਨੂੰ ਜ਼ਰੂਰ ਮੈਂ ਆਪਣੀ ਵੀਡੀਓ ਪਾ ਕੇ ਆਪਾਂ ਦਿਖਾ ਦਈਏ ਕਿ ਦੇਖੋ ਪੰਜਾਬੀ ਯੂਨੀਵਰਸਿਟੀ ਦੀ ਆਫੀਸ਼ੀਅਲ ਵੈਬਸਾਈਟ 'ਤੇ ਜਦੋਂ ਆਪਾਂ ਅੱਗੇ ਡੇਟਸ਼ੀਟ ਓਪਨ ਕਰਦੇ ਉਹਦੇ ਵਿੱਚ ਅਦਰਸ ਦੇ ਵਿੱਚ ਜਾ ਕੇ ਜਿਹੜੇ ਹੈਗੇ ਆ ਇੱਥੇ ਸਾਰੇ ਜਿਹੜੇ ਸ਼ੋ ਹੋ ਰਹੇ ਹੈ ਆਪਣੇ ਜਿੰਨੇ ਵੀ ਕੁਐਸਚਨ ਪੇਪਰ ਆਏ ਹੋਏ ਆ ਇੱਥੇ ਜਿਹੜੇ ਸ਼ੋ ਹੋ ਰਹੇ ਆ। ਇਹਦੇ ਵਿੱਚ ਅਗਰ ਆਪਾਂ BA ਦੇ ਪੰਜਾਬੀ ਦੀ ਗੱਲ ਕਰ ਲਈਏ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ BA Part 1 Semester 1 ਰੈਗੂਲਰ ਪੇਪਰ ਪੰਜਾਬੀ ਲਾਜ਼ਮੀ ਜਿਹੜਾ ਹੈਗਾ ਇੱਥੇ ਸ਼ੋ ਹੋ ਰਿਹਾ। ਇੱਥੇ ਕਲਿੱਕ ਕਰਕੇ ਤੁਹਾਨੂੰ ਆਪਣਾ ਕੁਐਸਚਨ ਪੇਪਰ ਜਿਹੜਾ ਉਹ ਓਪਨ ਹੋ ਜਾਏਗਾ। ਆਪਾਂ ਇੱਕ ਵਾਰ ਇੱਥੇ ਕਲਿੱਕ ਕਰ ਲੈਂਦੇ ਹਾਂ। ਜਦੋਂ ਆਪਾਂ ਕਲਿੱਕ ਕਰਦੇ ਹਾਂ ਤਾਂ ਆਪਣੇ ਸਾਹਮਣੇ ਇਸ ਤਰ੍ਹਾਂ ਕੁਐਸਚਨ ਪੇਪਰ ਜਿਹੜਾ ਓਪਨ ਹੋ ਜਾਂਦਾ। ਇਹ ਹੈਗਾ BA ਭਾਗ ਪਹਿਲਾ ਸਮੈਸਟਰ ਪਹਿਲਾ ਪੰਜਾਬੀ ਲਾਜ਼ਮੀ। ਇੱਥੇ ਜਿਹੜਾ ਇੰਪੋਰਟੈਂਟ ਪੁਆਇੰਟ ਜੋ ਅੱਜ ਆਪਾਂ ਡਿਸਕਸ ਕਰਨ ਲੱਗੇ ਹਾਂ, ਜੋ ਕੁਐਰੀਜ਼ ਆ ਰਹੀਆਂ ਸੀਗੀਆਂ, ਉਹ ਇਸ ਦੀਆਂ ਕਿ ਮੈਮ ਇੱਥੇ 2 ਜਿਹੜੇ ਹੈਗੇ ਆ ਕੋਡ ਮੈਂਸ਼ਨ ਹੈਗੇ ਆ ਤਾਂ ਕਿਹੜਾ ਸਾਡਾ ਜਿਹੜਾ ਹੈਗਾ ਕੋਡ ਅਸੀਂ ਪੇਪਰ ਦੇ ਵਿੱਚ ਲਿਖਣਾ ਹੈ। ਤਾਂ ਇਹਦੇ ਵਿੱਚ ਜਿਹੜੀ ਦਿੱਕਤ ਆ ਰਹੀ ਹੈ ਬੱਚੇ ਨੂੰ, 2 ਕੋਡ ਲਿਖਣ ਕਰਕੇ ਆ ਰਹੀ ਹੈ, ਇੱਕ ਲੈਫਟ ਹੈਂਡ ਸਾਈਡ 'ਤੇ ਲਿਖਿਆ ਹੋਇਆ, ਇੱਕ ਰਾਈਟ ਹੈਂਡ ਸਾਈਡ 'ਤੇ ਲਿਖਿਆ ਹੋਇਆ। ਤਾਂ ਮੈਂ ਤੁਹਾਨੂੰ ਦੱਸ ਦਵਾਂ ਜਿਹੜਾ ਤੁਹਾਨੂੰ ਆਪਣੇ ਕੁਐਸਚਨ ਪੇਪਰ ਦੇ ਵਿੱਚ ਫਿਲ ਕਰਨਾ, ਥੋੜਾ ਕੁਐਸਚਨ ਕੋਡ ਹੋਏਗਾ ਉਹ ਰਾਈਟ ਹੈਂਡ ਸਾਈਡ ਵਾਲਾ ਹੋਏਗਾ, ਇਹ ਵਾਲਾ। ਇਸ ਨੂੰ ਕਹਿੰਦੇ ਆ ਪੇਪਰ ਕੋਡ 8419/NH। ਤਾਂ ਇਹ ਤੁਹਾਡਾ ਪੇਪਰ ਕੋਡ ਹੁੰਦਾ। ਮੈਂ ਪਹਿਲਾਂ ਵੀ ਕਿਹਾ ਸੀ ਕੁਐਸਚਨ ਪੇਪਰ ਦੇ ਰਾਈਟ ਹੈਂਡ ਸਾਈਡ 'ਤੇ ਹੀ ਲਿਖਿਆ ਆਏਗਾ, ਤੁਹਾਡਾ ਇਹੀ ਜਿਹੜਾ ਹੈਗਾ ਉਹ ਕੋਡ ਹੋਏਗਾ ਪੇਪਰ ਕੋਡ। ਤਾਂ ਇਹੀ ਤੁਹਾਨੂੰ ਆਪਣਾ ਪੇਪਰ ਕੋਡ ਜਿਹੜਾ ਉਹ ਲਿਖਣਾ। ਬਾਕੀ ਤੁਹਾਨੂੰ ਕੁਐਸਚਨ ਪੇਪਰ ਕਿਵੇਂ ਸੋਲਵ ਕਰਨਾ ਹੈ, ਕਿਹੜੇ ਉਹਦੇ ਵਿੱਚ 50% ਵਾਲਾ ਰੂਲ ਜਿਹੜਾ ਉਹ ਅਪਲਾਈ ਹੋਏਗਾ, ਉਹ ਸਾਰਾ ਤਾਂ ਤੁਹਾਨੂੰ ਆਲਰੇਡੀ ਪਹਿਲਾਂ ਹੀ ਆਪਾਂ ਦੱਸ ਚੁੱਕੇ ਹਾਂ। ਅਤੇ ਫਿਰ ਵੀ ਅਗਰ ਕੋਈ ਕੁਐਰੀ ਹੋਏਗੀ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਹੁਣ ਗੱਲ ਆ ਜਾਂਦੀ ਹੈ ਕਿ ਰੈਗੂਲਰ ਵਾਲਿਆਂ ਨੂੰ ਤਾਂ ਕਾਲਜ ਵੱਲੋਂ ਈਮੇਲ ਮਿਲੀ ਹੋਈ ਹੋਊਗੀ ਜਾਂ ਫਿਰ ਉਹ ਕਾਲਜ ਦੇ ਵਿੱਚ ਸਬਮਿਟ ਕਰਵਾ ਸਕਦੇ ਆ, ਲੇਕਿਨ ਡਿਸਟੈਂਸ ਵਾਲਿਆਂ ਦੀ ਫਿਰ ਜਿਹੜੀ ਦਿੱਕਤ ਆ ਜਾਂਦੀ ਹੈ। ਆਪਾਂ ਇੱਕ ਡਿਸਟੈਂਸ ਵਾਲੀ ਆਫੀਸ਼ੀਅਲ ਸਾਈਟ 'ਤੇ ਵੀ ਜਾ ਕੇ ਮੈਂ ਤੁਹਾਨੂੰ ਦਿਖਾ ਦਵਾਂ। ਜੇ ਤੁਸੀਂ ਦੇਖ ਸਕਦੇ ਹੋ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਫੀਸ਼ੀਅਲ ਸਾਈਟ 'ਤੇ ਆਪਾਂ ਪਹੁੰਚ ਚੁੱਕੇ ਹਾਂ। ਅਤੇ ਇੱਥੇ ਸੈਕਿੰਡ ਨੰਬਰ 'ਤੇ ਜਿਹੜਾ ਹੈਗਾ ਇੱਥੇ ਲਿਖਿਆ ਹੋਇਆ ਪ੍ਰਸ਼ਨ ਪੱਤਰ ਡਾਊਨਲੋਡ ਕੁਐਸਚਨ ਪੇਪਰ। ਤਾਂ ਇੱਥੇ ਅਗਰ ਆਪਾਂ ਕਲਿੱਕ ਕਰਦੇ ਹਾਂ ਤਾਂ ਦੇਖੋ ਇੱਥੇ ਜਿਹੜਾ ਓਪਨ ਹੋ ਜਾਂਦਾ ਔਰ ਇੱਥੇ 2 ਜਿਹੜੇ ਹੈਗੇ ਲਿੰਕ ਪਏ ਹੈ, BA Part 1 Semester 1 ਪੰਜਾਬੀ ਮੁੱਢਲਾ ਗਿਆਨ ਅਤੇ ਨਾਲ ਹੀ BA Part 1 Semester 1 ਪੰਜਾਬੀ ਕੰਪਲਸਰੀ। ਮੈਂ ਤੁਹਾਨੂੰ ਕਿਹਾ ਹੀ ਸੀ ਕਿ ਲਿੰਕ ਨੂੰ ਧਿਆਨ ਨਾਲ ਦੇਖਿਓ, ਤੁਹਾਡੀ ਜਿਹੜੀ ਈਮੇਲ ਹੈ ਜਿੱਥੇ ਤੁਹਾਨੂੰ ਸੈਂਡ ਕਰਨਾ ਉਹ ਤੁਹਾਡੀ ਈਮੇਲ ਇਹਦੇ ਵਿੱਚ ਹੀ ਜਿਹੜੀ ਆ ਉਹ ਮੈਂਸ਼ਨ ਹੋਏਗੀ। ਤਾਂ ਦੇਖੋ ਇੱਥੇ ਈਮੇਲ ਜਿਹੜੀ ਆ ਆਲਰੇਡੀ ਮੈਂਸ਼ਨ ਹੈਗੀ ਹੈ। ਜਿਹੜੀ ਮੁੱਢਲਾ ਗਿਆਨ ਵਾਲੀ ਈਮੇਲ ਆ ਉਹ ਬਾਈ ਨੇਮ ਹੀ ਇੱਥੇ ਮੈਂਸ਼ਨ ਕੀਤੀ ਹੋਈ ਹੈ, ਕੌਰ ਗੁਰਪ੍ਰੀਤ 5598@gmail.com। ਅਤੇ ਜਿਹੜੀ ਕੰਪਲਸਰੀ ਪੰਜਾਬੀ ਕੰਪਲਸਰੀ ਵਾਲਾ ਪੇਪਰ ਹੈ ਉੱਥੇ ਜਿਹੜੀ ਈਮੇਲ ਹੈਗੀ ਹੈ ਦੇਖੋ ਇੱਥੇ ਹੀ ਲਿਖਿਆ ਹੋਇਆ BA1PUNCOM, ਯਾਨੀ ਕਿ PUN ਪੰਜਾਬੀ ਲਈ PUN ਯੂਜ਼ ਕੀਤਾ ਗਿਆ ਅਤੇ ਕੌਮ ਯੂਜ਼ ਕੀਤਾ ਗਿਆ COM। ਤਾਂ ਤੁਹਾਡੀ ਜਿਹੜੀ ਈਮੇਲ ਆ ਉਹ ਬਣ ਰਹੀ ਹੈ BA1PUNCOM99@gmail.com। ਤਾਂ ਇਹ ਹੈਗੀ ਹੈ, ਇਹਨੂੰ ਆਪਾਂ ਕਲਿੱਕ ਕਰ ਲੈਂਦੇ ਹਾਂ ਇਸ ਈਮੇਲ ਨੂੰ। ਮੈਂ ਤੁਹਾਨੂੰ ਅੱਗੇ ਵੀ ਦਿਖਾ ਦਿੰਦੀ ਹਾਂ। ਇਸ ਨੂੰ ਆਪਾਂ ਜਦੋਂ ਕਲਿੱਕ ਕਰਦੇ ਹਾਂ ਸਾਹਮਣੇ ਕੁਐਸਚਨ ਪੇਪਰ ਜਿਹੜਾ ਓਪਨ ਹੋ ਚੁੱਕਿਆ ਅਤੇ ਨਾਲ ਹੀ ਕੁਐਸਚਨ ਪੇਪਰ ਦੇ ਉੱਪਰ ਹੀ ਦੇਖੋ ਜਿਹੜੀ ਤੁਹਾਡੀ ਈਮੇਲ ਆ ਉਹ ਇੱਥੇ ਮੈਂਸ਼ਨ ਹੈਗੀ ਹੈ। ਆਹ ਜਿਹੜੀ ਈਮੇਲ ਇੱਥੇ ਮੈਂਸ਼ਨ ਹੈਗੀ ਹੈ ਇਸ ਈਮੇਲ 'ਤੇ ਤੁਹਾਨੂੰ ਆਪਣਾ ਜਿਹੜਾ ਹੈਗਾ ਪੇਪਰ ਉਹ ਸੈਂਡ ਕਰਨਾ ਹੈ। ਦੇਖੋ ਤੁਹਾਡੇ ਪੇਪਰ ਕੋਡ ਵਾਲੀ ਕੁਐਰੀ ਇੱਥੇ ਵੀ ਕਲੀਅਰ ਹੁੰਦੀ ਹੈ, ਦੇਖੋ ਇੱਥੇ ਵੀ 2 ਕੋਡ ਦਿੱਤੇ ਹੋਏ ਸੀ, ਲੇਕਿਨ ਇੱਥੇ ਮੈਂਸ਼ਨ ਹੈ ਸਪੈਸ਼ਲੀ ਕਿ ਤੁਹਾਡਾ ਪੇਪਰ ਕੋਡ ਜਿਹੜਾ ਇਹ ਰਾਈਟ ਹੈਂਡ ਸਾਈਡ ਵਾਲਾ ਜਿਹੜਾ ਹੈ ਇਹੀ ਤੁਹਾਡਾ ਪੇਪਰ ਕੋਡ ਹੈਗਾ, ਇਹ ਤੁਹਾਨੂੰ ਆਪਣੇ ਐਗਜ਼ਾਮ ਦੇ ਵਿੱਚ ਫਿਲ ਕਰਨਾ। ਬਾਕੀ ਉੱਪਰ ਮੇਲ ਮੈਂ ਤੁਹਾਨੂੰ ਦਿਖਾਈ ਦਿੱਤੀ ਕੁਐਸਚਨ ਪੇਪਰ ਦੇ ਉੱਪਰ ਜਿਹੜੀ ਆ ਉਹ ਸ਼ੋ ਹੋਏਗੀ। ਪ੍ਰਾਈਵੇਟ ਵਾਲੇ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਨੇ ਪੋਸਟ ਕਰਨਾ ਹੈ, ਰੀਪੇਅਰ ਵਾਲੇ ਨੇ ਆਪਣੇ ਕਾਲਜ ਵਿੱਚ ਸਬਮਿਟ ਕਰਵਾ ਕੇ ਆਉਣਾ ਹੈ। ਡਿਸਟੈਂਸ ਵਾਲਿਆਂ ਲਈ ਈਮੇਲ ਆਪਾਂ ਤੁਹਾਨੂੰ ਦਿਖਾਈ ਦਿੱਤੀ ਹੈ, ਰੈਗੂਲਰ ਵਾਲਿਆਂ ਨੂੰ ਵੀ ਈਮੇਲ ਮਿਲੀ ਹੋਏਗੀ ਆਪਣੇ ਕਾਲਜ ਤੋਂ ਜਾਂ ਫਿਰ ਕਾਲਜ ਦੇ ਵਿੱਚ ਜਾ ਕੇ ਉਹ ਸਬਮਿਟ ਕਰਵਾ ਸਕਦੇ ਹੈ। ਬਾਕੀ ਅੱਗੇ ਜਿਹੜਾ ਸਾਰਾ ਪੂਰਾ ਕੁਐਸਚਨ ਪੇਪਰ ਇੱਥੇ ਸ਼ੋਅ ਕੀਤਾ ਹੋਇਆ, ਇਸ ਦੇ ਵਿੱਚੋਂ 50% ਜਿਹੜਾ ਤੁਹਾਨੂੰ ਹੱਲ ਕਰਨਾ ਹੈ। ਅੱਛਾ, ਇਹਦੇ ਵਿੱਚ ਇੱਕ ਆਪਾਂ ਆਹ ਵਾਲਾ 5ਵੇਂ ਪੁਆਇੰਟ ਦੀ ਗੱਲ ਕਰ ਲਈਏ, ਜਿਹੜਾ ਕਿਹੜਾ ਹੈਗਾ ਇਹ ਸ਼ੋਰਟ ਕੁਐਸਚਨ ਵਾਲਾ ਜਿਹੜਾ ਇਹ ਪੁਆਇੰਟ ਹੈਗਾ 5ਵਾਂ ਕੁਐਸਚਨ। ਇਹਦੇ ਵਿੱਚ 20 ਪਾਰਟ ਦਿੱਤੇ ਹੋਏ ਨੇਗੇ ਅਤੇ ਦੇਖੋ ਮੈਂ ਤੁਹਾਨੂੰ ਇੱਥੇ ਫਿਰ ਦੱਸ ਦੇਵਾਂ ਸ਼ੋਰਟ ਕੁਐਸਚਨ ਹੈ, 20 ਉਹਦੇ ਪਾਰਟ ਹੈਗੇ ਹੈ। ਅਤੇ ਇਹ ਜੇ ਤੁਸੀਂ 5ਵਾਂ ਕੁਐਸਚਨ ਤੁਸੀਂ ਚੂਜ਼ ਕਰਦੇ ਹੋ ਕਰਨ ਲਈ ਤਾਂ ਇਹਦਾ 50% ਨਾ ਕਰਦੇ ਹੋ, ਇਹਦੇ 20 ਦੇ 20 ਪਾਰਟ ਜਿਹੜੇ ਤੁਹਾਨੂੰ ਸੋਲਵ ਕਰਨੇ ਪੈਣਗੇ। ਅਤੇ 20 ਦੇ 20 ਪਾਰਟ ਕਰਨ ਤੋਂ ਬਾਅਦ ਤੁਹਾਡਾ ਇਹ ਮੰਨਿਆ ਜਾਏਗਾ ਕਿ ਤੁਹਾਡਾ ਇੱਕ ਕੁਐਸਚਨ ਜਿਹੜਾ ਉਹ ਸੋਲਵ ਹੋਇਆ ਹੈ, ਕਿਉਂਕਿ ਨੰਬਰ ਟੋਟਲ ਨੰਬਰ ਆਫ ਕੁਐਸਚਨ ਦੇਖੋ ਤੁਹਾਡੇ 5 ਨੇ ਤਾਂ 5 ਦਾ ਅਗਰ ਆਪਾਂ 50% ਕਰੀਏ ਤਾਂ 2 ਕੁਐਸਚਨ ਤੁਹਾਨੂੰ ਇੱਥੇ ਕੋਈ ਸੋਲਵ ਕਰਨੇ ਹੈ। ਅਤੇ ਜੇ ਤੁਸੀਂ 5ਵਾਂ ਕੁਐਸਚਨ ਉਹਦੇ ਵਿੱਚੋਂ ਚੂਜ਼ ਕਰਦੇ ਹੋ ਤਾਂ 20 ਦੇ 20 ਪਾਰਟ ਜਿਹੜੇ ਉਹ ਚੂਜ਼ ਕਰਨਾ ਅਤੇ 20 ਦੇ 20 ਪਾਰਟ ਕਰਨ ਤੋਂ ਬਾਅਦ ਤੁਹਾਡਾ ਇੱਕ ਕੁਐਸਚਨ ਜਿਹੜਾ ਇੱਥੇ ਕੰਪਲੀਟ ਹੋਏਗਾ। ਅਤੇ ਆਪਾਂ ਸਬਜੈਕਟ ਕੋਡ ਬਾਰੇ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਗੱਲ ਕੀਤੀ ਅਤੇ ਨਾਲ ਹੀ ਈਮੇਲ ਬਾਰੇ ਇਹਦੇ ਵਿੱਚ ਜਿਹੜੀ ਆਪਾਂ ਗੱਲ ਕੀਤੀ ਹੈ, ਸ਼ੋਰਟ ਕੁਐਸਚਨਸ ਕਿਵੇਂ ਕਰਨੇ ਆ ਉਹਦੇ ਬਾਰੇ ਵੀ ਗੱਲ ਕਰ ਲਈਏ, ਟੋਟਲ ਕੁਐਸਚਨ ਜਿਹੜੇ ਆ 2 ਕਰਨੇ ਆ ਇਹਦੇ ਵਿੱਚ ਕਿਉਂਕਿ ਟੋਟਲ ਨੰਬਰ ਆਫ ਕੁਐਸਚਨਸ ਜਿਹੜੇ ਆ ਤੁਹਾਡੇ ਇੱਥੇ 5 ਹੈ। ਅਤੇ ਹੋਪ ਤੁਹਾਨੂੰ